ਜਲੰਧਰ ਸੀਟ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਕੀ ਇਹ ਕਾਰਨ ਮੰਨਿਆ ਜਾਵੇ ਕਿ 13 ਦੀਆਂ 13 ਸੀਟਾਂ ਤੇ ਕਿਉਂਕਿ ਚੋਣ ਲੜ ਰਹੇ ਸੀਗੇ, ਇਸ ਕਰਕੇ ਉੱਥੇ ਕਾਫੀ ਜਿਹੜੀ ਇਹ ਚੁਣੌਤੀ ਵੀ ਬਣੀ ਹੋਈ ਸੀਗੀ ਜਲੰਧਰ ਸੀਟ ਤੇ, ਔਰ ਜਦੋਂ ਬਾਹਰੋਂ ਦੀ ਉਮੀਦਵਾਰ ਨੂੰ ਉਤਾਰਿਆ ਗਿਆ ਤਾਂ ਕਿਤੇ ਨਾ ਕਿਤੇ ਇਹ ਵੀ ਹੁੰਦਾ ਵਰਕਰਾਂ ਦੇ ਵਿੱਚ ਰੋਸਾ ਵੀ ਕਿਤੇ ਨਾ ਕਿਤੇ ਪਾਇਆ ਜਾਂਦਾ, ਉਹਨਾਂ ਨੂੰ ਮਨਾਉਣਾ ਵੀ ਪੈਂਦਾ, ਅਜਿਹੀਆਂ ਚੀਜ਼ਾਂ ਵੀ ਜਿਹੜੀਆਂ ਨੇ ਪਾਰਟੀ 'ਚ ਹੁੰਦੀਆਂ ਨੇ ਕਿ ਇੱਕਦਮ ਲਿਆ ਕੇ ਬਾਹਰੋਂ ਦੀ ਉਮੀਦਵਾਰ ਸਾਡੇ ਉੱਤੇ ਕੈਂਡੀਡੇਟ ਰੱਖ ਦਿੱਤਾ ਗਿਆ। ਦੇਖੋ ਜਦੋਂ ਦੋ ਦੋ ਤਿੰਨ ਤਿੰਨ ਉਮੀਦਵਾਰ ਦਾਅਵੇਦਾਰ ਹੋਣਗੇ ਪਾਰਟੀ ਦੇ ਜੀ, ਤਾਂ ਕਿਤੇ ਨਾ ਕਿਤੇ ਮਾੜੀ ਮੋਟੀ ਗੱਲ ਤਾਂ ਹੁੰਦੀ ਹੈ। ਸੋ ਪਰੰਤੂ ਪਾਰਟੀ ਦੇ ਵੱਡੇ ਹਿੱਤਾਂ ਲਈ ਕੋਈ ਵੀ ਆਗੂ ਆਪਦੇ ਅੰਦਰ ਬਾਲ ਸਾਹਿਬ ਨਾਲ ਸਾਰੀ ਗੱਲ ਕਰਦੇ ਵੀ ਨੇ, ਆਪਦਾ ਪੱਖ ਵੀ ਰੱਖਦੇ ਨੇ, ਬਹੁਤ ਪੱਖਾਂ ਤੋਂ ਪਾਰਟੀ ਵਿਚਾਰਦੀ ਹੈ, ਵਿਨਿੰਗ ਕਪੈਸਿਟੀ ਵੀ ਦੇਖਣੀ ਹੈ। ਸੋ ਜਿਹੜੀ ਗੱਲ ਤੋਂ ਪਾਰਟੀ ਨੂੰ ਫਾਇਦਾ ਹੁੰਦਾ ਦਿਖਦਾ ਉਹ ਆਗੂ ਵਰਕਰਾਂ ਨੂੰ ਸਹਿਮਤ ਕਰਕੇ ਉਸ ਤਰ੍ਹਾਂ ਹੀ ਫੈਸਲੇ ਲਏ ਜਾਂਦੇ। ਬਿਲਕੁਲ, ਇਹ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਚੀਜ਼ ਤੋਂ ਫਾਇਦਾ ਹੁੰਦਾ ਹੈ, ਲੋਕ ਕਈ ਵਾਰ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਵੀ ਪਾਰਟੀ ਆਪਣਾ ਹਿੱਤ ਦੇਖ ਰਹੀ ਹੈ, ਆਪਣਾ ਫਾਇਦਾ ਦੇਖ ਰਹੀ ਹੈ, ਲੋਕਾਂ ਦਾ ਫਾਇਦਾ ਦੇਖ ਰਹੀ ਹੈ, ਕਿਸ ਦਾ ਫਾਇਦਾ ਦੇਖ ਰਹੀ ਹੈ। ਨਹੀਂ, ਸਾਰੇ ਫਾਇਦੇ ਦੇਖਣੇ ਪੈਂਦੇ ਨੇ, ਪਾਰਟੀ ਦਾ ਵੀ ਦੇਖਣਾ ਪੈਂਦਾ, ਚੋਣ ਸਿਸਟਮ ਦਾ ਵੀ ਦੇਖਣਾ ਪੈਂਦਾ, ਔਰ ਪਾਰਟੀ ਦੇ ਹਿੱਤਾਂ ਦੀ ਪਹਿਰੇਦਾਰੀ ਕੌਣ ਕਰੂਗਾ, ਕਿਵੇਂ ਕੀਤੀ ਜਾਊਗੀ, ਪਾਰਟੀ ਦੇ ਏਜੰਡੇ ਦੀ ਗੱਲ ਵੀ ਹੁੰਦੀ ਹੈ, ਸਾਰੀਆਂ ਚੀਜ਼ਾਂ ਦਾ ਵਿਚਾਰ ਹੁੰਦੀ ਹੈ। ਜਿਹੜਾ ਉਮੀਦਵਾਰ ਉਸ ਚੀਜ਼ 'ਤੇ ਪੂਰਾ ਉਤਰਦਾ ਲੱਗਦਾ ਫਿਰ ਪਾਰਟੀ ਉਹਦੀ ਚੋਣ ਕਰਦੀ ਹੈ। ਜੀ, ਸੰਗਰੂਰ ਸੀਟ ਤੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਅਸੀਂ ਜ਼ਿਕਰ ਕੀਤਾ ਪਹਿਲਾਂ ਵੀ ਕਿ ਚਰਚਾ ਚੱਲ ਰਹੀ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਹੋ ਰਹੀ, ਕਿਉਂਕਿ ਜਦੋਂ ਰਲੇਵਾਂ ਮੁੜ ਤੋਂ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਤਾਂ ਉਦੋਂ ਇਹ ਜ਼ਿਕਰ ਉਦੋਂ ਤੋਂ ਹੀ ਚੱਲ ਪਿਆ ਸੀਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਤੋਂ ਜਿਹੜੀ ਟਿਕਟ ਹੈ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ, ਪਰ ਜਦੋਂ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਤਾਂ ਉਸ ਸਮੇਂ ਦੇ ਉੱਤੇ ਨਾਰਾਜ਼ਗੀ ਵੀ ਸੀ, ਰੋਸਾ ਵੀ ਸੀ। ਕਿਵੇਂ ਤੁਹਾਡਾ ਨਾਮ ਜਿਹੜਾ ਹੈ ਸਾਹਮਣੇ ਆਇਆ, ਤੁਹਾਡਾ ਨਾਮ ਚੁਣਿਆ ਗਿਆ, ਔਰ ਜਿਹੜੀ ਉੱਧਰ ਟਿਕਟ ਹੈ ਉਹ ਨਹੀਂ ਦਿੱਤੀ ਗਈ ਚਰਚਾਵਾਂ ਦੇ ਬਾਵਜੂਦ ਵੀ, ਇਸ ਦਾ ਕੀ ਕਾਰਨ ਮੰਨਦੇ? ਨਹੀਂ, ਚਰਚਾਵਾਂ ਦਾ ਸਾਨੂੰ ਨਹੀਂ ਪਤਾ, ਨਾ ਦੀ ਉਹ 'ਤੇ ਕੋਈ ਜ਼ਿਕਰ ਕਰਨਾ ਚਾਹੁੰਦੇ ਹਾਂ, ਪਰੰਤੂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਆ ਮਾੜਾ ਟਾਈਮ ਸੀ ਪਾਰਟੀ ਦਾ, ਉਸ ਸਮੇਂ ਅਸੀਂ ਬੜੀ ਮਿਹਨਤ ਕੀਤੀ, ਬਹੁਤ ਕੰਮ ਕੀਤਾ ਪਾਰਟੀ ਦਾ ਤਨਦੇਹੀ ਨਾਲ, ਔਰ ਸਾਰੇ ਆਗੂ ਵਰਕਰ ਸਾਹਿਬਾਨਾਂ ਨੂੰ ਨਾਲ ਲੈ ਕੇ, ਹਲਕਾ ਇੰਚਾਰਜ ਸਾਹਿਬਾਨ, ਜ਼ਿਲ੍ਹਾ ਪ੍ਰਧਾਨ, ਸਾਡੀ ਸਾਰੀ ਜਥੇਬੰਦੀ, ਸਰਕਲ ਪ੍ਰਧਾਨ, ਸਾਰਿਆਂ ਦੀ ਰਾਏ ਲਈ ਗਈ, ਔਰ ਰਾਏ ਲੈ ਕੇ ਜੋ ਉਹਨਾਂ ਨੂੰ ਬਾਦਲ ਸਾਹਿਬ ਨੂੰ ਠੀਕ ਬੈਠਿਆ ਵਰਕਰਾਂ ਨੇ ਰਾਏ ਦਿੱਤੀ, ਉਸਦੇ ਤਹਿਤ ਹੀ ਉਹਨਾਂ ਨੇ ਸਾਡਾ ਫੈਸਲਾ ਲਿਆ ਜੀ, ਔਰ ਇਹ ਫੈਸਲਾ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਹੈ, ਔਰ ਅਸੀਂ ਪੂਰੀ ਤਨਦੇਹੀ ਨਾਲ ਇਹ ਲੜਾਈ ਹੈ ਜਿਹੜੀ ਲੜਾਂਗੇ, ਔਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਕੋਈ ਨਾਰਾਜ਼ਗੀ ਨਹੀਂ ਹੈ, ਦਾਅਵੇਦਾਰ ਹੋਰ ਵੀ ਹੋ ਸਕਦੇ ਨੇ, ਕਈ ਵਾਰੀ ਲਾਈਮ ਲਾਈਟ 'ਚ ਆ ਜਾਂਦੀ ਹੈ ਗੱਲ, ਕਈ ਵਾਰੀ ਨਹੀਂ ਵੀ ਆਉਂਦੀ, ਪਰੰਤੂ ਕੋਈ ਵਿਖਰੇਵਾਂ ਨਹੀਂ, ਪਾਰਟੀ ਸਾਰੇ ਇਕੱਠੇ ਚੱਲਾਂਗੇ, ਔਰ ਸੀਟ ਹੈ ਜਿਹੜੀ ਉਹ ਜਿੱਤਾਂਗੇ।